ਪ੍ਰਾਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੋਟੀ ਕੋਟੀ ਪ੍ਰਣਾਮ ਆਦਾਬ ਨਮਸਤੇ ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ? ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਕੋਠੀਆਂ ਮਕਾਨਾਂ ਦੀ ਰੋਜ਼ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਨਾਲ ਦਾ ਬੈਲ ਆਈਕਨ ਦਾ ਬਟਨ ਨਾਲ ਤੇ ਸੈੱਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ। ਠੀਕ ਹੈ ਜੀ, ਤੇ ਇਹ ਹੈ ਜੀ ਅੱਜ ਆਪਣੇ ਕੋਲੇ ਆਈ ਆ ਕੋਠੀ ਵਿਕਣ ਦੇ ਲਈ। ਠੀਕ ਹੈ ਜੀ, ਤੁਹਾਡੀ ਡਿਮਾਂਡ ਦੇ ਉੱਪਰ ਹੀ ਆਪਾਂ ਇਹ ਲੈ ਕੇ ਆਏ ਹਾਂ। ਜੋ ਤੁਸੀਂ ਵੀਰ ਫੋਨ ਲਾਉਂਦੇ ਸੀ, ਕਾਲਾਂ ਕਰਦੇ ਸੀ, ਅਤੇ ਉਹੀ ਲੋਕੇਸ਼ਨ ਦੇ ਵਿੱਚੋਂ ਲੱਭ ਕੇ ਲੈ ਕੇ ਆਏ ਹਾਂ ਕੋਠੀ। ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ, ਵੀਡੀਓ ਦੇ ਵਿੱਚ ਬਣੇ ਰਹੋ। ਠੀਕ ਹੈ ਜੀ, ਵੀਡੀਓ ਨੂੰ ਸਾਰੀ ਦੇਖਿਓ। ਕੋਠੀ ਬਹੁਤ ਸੋਹਣੀ ਹੈ ਇਹ, ਅਤੇ ਜਗ੍ਹਾ ਦੱਸ ਦਈਏ 125 ਗਜ਼ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਲੋਕੇਸ਼ਨ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। 125 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਕੋਰਨਰ 'ਤੇ ਹੈ ਇਹ, ਬਿਲਕੁਲ ਕੋਰਨਰ 'ਤੇ ਕੋਠੀ ਆ। ਤਿੰਨ ਰਾਹ ਲੱਗਦੇ ਆ ਕੋਠੀ ਨੂੰ। ਠੀਕ ਹੈ ਜੀ, ਦੋ ਰਾਹ ਜਿਵੇਂ ਮੰਨ ਲਓ ਸਾਈਡ 'ਤੇ ਹੋ ਗਿਆ, ਮੂਹਰੇ ਹੋ ਗਿਆ, 22-22 ਫੁੱਟ ਦੇ ਤਿੰਨ ਰਾਹ ਵਾ ਕੋਠੀ ਨੂੰ। ਅਤੇ 125 ਗਜ਼ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੈ, ਕੋਰਨਰ 'ਤੇ ਕੋਠੀ ਹੈ। ਇੰਟੀਰੀਅਰ ਵੀ ਬਹੁਤ ਸੋਹਣਾ ਕੋਠੀ ਦਾ। ਠੀਕ ਹੈ ਜੀ, ਨਕਸ਼ੇ 'ਤੇ ਸਾਰੀ ਕੋਠੀ ਨਕਸ਼ੇ 'ਤੇ ਤਿਆਰ ਹੈ। ਅਤੇ ਜਿਹੜੇ ਵੀਰ ਇਹੋ ਜਿਹੀ ਕੋਠੀ ਲੱਭ ਰਹੇ ਸੀ ਤਾਂ ਜਾਇਜ਼ ਰੇਟ ਵਾਲੀ ਲੱਭ ਰਹੇ ਸੀ ਤਾਂ ਉਹਨਾਂ ਵੀਰਾਂ ਨੂੰ ਮੇਰੀ ਰਿਕੁਐਸਟ ਆ, ਵੀਡੀਓ ਪੂਰੀ ਦੇਖਿਓ। ਠੀਕ ਹੈ ਜੀ, ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ। 125 ਗਜ਼ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਆ। ਜਿਸ ਦੀ ਲੰਬਾਈ ਚੜ੍ਹਾਈ ਦੀ ਗੱਲ ਕਰੀਏ ਤਾਂ 33x33 ਹੈਗੀ ਹੈ ਜੀ, ਚੌਰਸ ਆ ਬਿਲਕੁਲ। ਠੀਕ ਹੈ ਜੀ, ਇਹਦੇ ਵਿੱਚ ਤੁਹਾਨੂੰ ਨੀਚੇ ਡਰਾਇੰਗ ਰੂਮ ਹੈ, ਠੀਕ ਹੈ ਜੀ, ਇੱਕ ਰੂਮ ਹੈ, ਅਤੇ ਹੈਗਾ ਆਪਣਾ ਲੋਬੀ ਹੈ ਖੁੱਲ੍ਹੀ ਡੁੱਲੀ, ਬਾਥਰੂਮ ਹੈ ਜਿਹੜਾ ਉਹ ਅਟੈਚ ਹੈ, ਲੋਬੀ ਨਾਲ ਵੀ ਅਟੈਚ ਹੈ ਅਤੇ ਰੂਮ ਦੇ ਨਾਲ ਵੀ ਅਟੈਚ ਮਿਲੇਗਾ। ਕਿਚਨ ਮਿਲੇਗਾ ਅਤੇ ਇੱਕ ਤੁਹਾਨੂੰ ਸਟੋਰ ਮਿਲੇਗਾ ਛੋਟਾ ਜਿਹਾ। ਉੱਪਰ ਤੁਹਾਨੂੰ ਦੋ ਰੂਮ ਅਟੈਚ ਬਾਥਰੂਮ ਅਤੇ ਲੋਬੀ ਏਰੀਆ ਅਤੇ ਬਾਥਰੂਮ ਜਿਹੜੇ ਹੈ ਤੁਹਾਨੂੰ ਅਟੈਚ ਮਿਲਣਗੇ। ਠੀਕ ਹੈ ਜੀ, ਦੋਨਾਂ ਰੂਮਾਂ ਦੇ ਨਾਲ, ਤਿੰਨ ਰੂਮਾਂ ਤਿੰਨਾਂ ਰੂਮਾਂ ਦੇ ਨਾਲ ਬਾਥਰੂਮ ਅਟੈਚ ਮਿਲਣਗੇ। ਇਹ ਜਿਹੜੀ ਹੈ ਕਾਰ ਪਾਰਕਿੰਗ ਦੀ ਸਪੇਸ ਹੈ। ਠੀਕ ਹੈ ਜੀ, ਇਹਦੇ ਵਿੱਚ ਕਾਰ ਪਾਰਕਿੰਗ ਦੀ ਸਪੇਸ ਵੀ ਤੁਹਾਨੂੰ ਮਿਲ ਜਾਵੇਗੀ। ਕੋਠੀ ਬਹੁਤ ਸੋਹਣੀ ਆ, ਖੁੱਲ੍ਹੀ ਡੁੱਲੀ ਕੋਠੀ ਹੈ। ਅਤੇ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਵੀਡੀਓ ਨੂੰ ਪੂਰਾ ਦੇਖਿਓ ਜੀ। ਠੀਕ ਹੈ ਜੀ, ਲਾਈਕ ਅਤੇ ਕਮੈਂਟ ਜ਼ਰੂਰ ਕਰਦਿਆ ਕਰੋ। ਵੀਡੀਓ ਨੂੰ ਚੰਗੀ ਲੱਗਦੀ ਹੈ ਤਾਂ ਤੁਹਾਨੂੰ ਕਿਹੜੇ ਏਰੀਆ 'ਚ ਕੋਠੀ ਚਾਹੀਦੀ ਆ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੀ ਮੈਨਸ਼ਨ ਕਰਦਿਆ ਕਰੋ। ਠੀਕ ਹੈ ਜੀ, ਹਾਂਜੀ, ਇਹ ਕੋਠੀ ਹੈ ਜੀ, ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ, ਕੋਰਨਰ 'ਤੇ ਕੋਠੀ ਹੈ ਜਿਹੜੀ 125 ਗਜ਼ ਦੇ ਵਿੱਚ ਇਹ ਬਣੀ ਹੋਈ ਹੈ। ਸਾਰੀ ਕੋਠੀ ਨਕਸ਼ੇ 'ਤੇ ਤਿਆਰ ਕੀਤੀ ਹੋਈ ਹੈ ਮਾਲਕ ਵੱਲੋਂ, ਬਿਲਕੁਲ ਨਿਊ ਕੋਠੀ ਹੈ। ਠੀਕ ਹੈ ਜੀ, ਹਲੇ ਤਿਆਰ ਹੀ ਹੋਈ ਹੈ ਕੋਠੀ, ਬਿਲਕੁਲ ਨਿਊ ਹੈ। ਅਤੇ ਆਹ ਕਾਰ ਪਾਰਕਿੰਗ ਤੁਸੀਂ ਦੇਖ ਸਕਦੇ ਹੋ, ਸਾਰਾ ਵੀਡੀਓ ਦੇ ਵਿੱਚ ਦੇਖੀ ਜਾਇਓ। ਠੀਕ ਹੈ ਜੀ, ਸਾਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਆ। ਇੱਥੇ ਤੁਸੀਂ ਇੱਕ ਵੱਡੀ ਗੱਡੀ ਲਾ ਕੇ ਜਿਵੇਂ ਦੋ ਯਾਨੀ ਕਿ 2-wheeler ਵੀ ਤੁਸੀਂ ਆਰਾਮ ਨਾਲ ਖੜ੍ਹੇ ਕਰ ਸਕਦੇ ਹੋ। ਠੀਕ ਹੈ ਜੀ, ਹੁਣ ਆਪਾਂ ਅੰਦਰ ਚੱਲਦੇ ਹਾਂ, ਅੰਦਰ ਵੀ ਤੁਹਾਨੂੰ ਸਾਰੀ ਕੋਠੀ ਦਿਖਾਉਂਦੇ ਹਾਂ। 3 bedroom ਹੈ ਇਸ ਕੋਠੀ ਦੇ ਵਿੱਚ, 3 bedroom ਦੇ ਨਾਲ ਬਾਥਰੂਮ ਜਿਹੜੇ ਆ ਅਟੈਚ ਆ, ਸਾਰਾ ਲਗਜ਼ਰੀ ਟਾਈਪ ਹੀ ਆ ਕੋਠੀ। ਠੀਕ ਹੈ ਜੀ, ਅਤੇ 3 rooms ਦੇ ਵਿੱਚ ਤੁਹਾਨੂੰ ਜਿਹੜਾ ਵੁਡਨ ਦਾ ਲੱਕੜੀ ਦਾ ਕੰਮ ਪ੍ਰੋਪਰ ਮਿਲੇਗਾ। LED ਪੈਨਲ ਮਿਲਣਗੇ ਬਣੇ ਹੋਏ, ਕੱਪਬੋਰਡ 3 rooms ਦੇ ਵਿੱਚ ਬਣੇ ਹੋਏ ਨੇ। ਅਤੇ ਜਿਹੜੇ 3 rooms ਦੇ ਵਿੱਚ ਤੁਹਾਨੂੰ 2 beds ਮਿਲਣ ਵਾਲੇ ਆ। ਬੈੱਡ ਫਰਨੀਚਰ ਜਿਹੜੀ ਇਹ ਕੋਠੀ ਤੁਹਾਨੂੰ ਅਵੇਲੇਬਲ ਹੋ ਜਾਵੇਗੀ, ਜੋ ਰੇਟ ਮੈਂ ਤੁਹਾਨੂੰ ਦੱਸਾਂਗਾ ਉਸੇ ਰੇਟ ਦੇ ਵਿੱਚ ਤੁਹਾਨੂੰ ਬੈੱਡ ਫਰਨੀਚਰ ਇਹ ਕੋਠੀ ਦੇ ਦਿੱਤੀ ਜਾਵੇਗੀ। ਵੀਡੀਓ ਦੇਖ ਲਓ ਧਿਆਨ ਨਾਲ, ਅਤੇ ਕੀ ਕੁਝ ਇਸ ਕੋਠੀ ਦੇ ਵਿੱਚ ਪਿਆ ਵਾ ਉਹ ਵੀ ਸਾਰਾ ਤੁਸੀਂ ਦੇਖ ਲਵੋ। ਠੀਕ ਹੈ ਜੀ, ਇਹ ਆ ਗਿਆ ਡਰਾਇੰਗ ਰੂਮ, ਲੈਫਟ ਸਾਈਡ ਤੁਹਾਨੂੰ ਡਰਾਇੰਗ ਰੂਮ ਮਿਲ ਜਾਵੇਗਾ। ਇਹਦੀ ਸਪੇਸ ਆ ਜਿਹੜੀ 12x13 ਦੀ ਆ। ਸੋਫਾ ਸੈੱਟ ਆ, ਤੁਸੀਂ ਦੇਖ ਸਕਦੇ ਹੋ, ਬਹੁਤ ਵਧੀਆ ਵਾ, ਇਹ ਵੀ ਤੁਹਾਨੂੰ ਮਿਲਣ ਵਾਲਾ ਇਹ ਕੋਠੀ ਦੇ ਵਿੱਚ। ਠੀਕ ਹੈ ਜੀ, ਰਾਈਟ ਸਾਈਡ ਨਾਲ ਹੀ ਤੁਹਾਨੂੰ ਇੱਕ ਬੈੱਡਰੂਮ ਮਿਲ ਜਾਵੇਗਾ। ਇਹਦੀ ਸਪੇਸ ਦੀ ਗੱਲ ਕਰੀਏ ਤਾਂ 12x13 ਖੁੱਲ੍ਹੇ ਡੁੱਲੇ ਰੂਮ ਹੈ। ਠੀਕ ਹੈ ਜੀ, ਅਤੇ ਕਲਰ ਪੇਂਟ ਸਾਰਾ ਕਲਰ ਦਾ ਕੋਂਬੀਨੇਸ਼ਨ ਦੇਖ ਸਕਦੇ ਹੋ। ਅਤੇ ਬਾਹਰਲੀ ਸਾਈਡ ਤੁਹਾਨੂੰ ਲਾਰਜ ਵਿੰਡੋ ਮਿਲ ਜਾਵੇਗੀ, ਜਿਸ ਦੇ ਨਾਲ ਤੁਸੀਂ ਬਾਹਰਲਾ ਵਿਊ ਆਸਾਨੀ ਨਾਲ ਦੇਖ ਸਕਦੇ ਹੋ। ਅਤੇ ਆਹ ਕੱਪਬੋਰਡ ਜਿਹੜੇ ਬਣੇ ਹੋਏ ਨੇ। ਠੀਕ ਹੈ ਜੀ, LED ਪੈਨਲ ਵੀ ਤੁਹਾਨੂੰ ਅਵੇਲੇਬਲ ਹੋ ਜਾਵੇਗਾ ਇਸ ਰੂਮ ਦੇ ਵਿੱਚ, ਅਤੇ ਨਾਲ ਤੁਹਾਨੂੰ ਬਾਥਰੂਮ ਅਟੈਚ ਮਿਲ ਜਾਵੇਗਾ। ਅਤੇ ਜਿਸ ਜਿਹੜਾ ਇਹ ਹੈ ਜੀ ਲੋਬੀ ਦੇ ਵਿੱਚ ਵੀ ਜਿਹੜਾ ਇਹ ਖੁੱਲ੍ਹਦਾ। ਠੀਕ ਹੈ ਜੀ, ਲੋਬੀ ਨੂੰ ਵੀ ਇਹੀ ਬਾਥਰੂਮ ਅਟੈਚ ਹੁੰਦਾ, ਅਤੇ ਰੂਮ ਇੱਕ ਬਾਥਰੂਮ ਹੈ ਜਿਹੜਾ ਲੋਬੀ 'ਚ ਵੀ ਹੈ ਇਹ, ਅਤੇ ਰੂਮ ਦੇ ਨਾਲ ਵੀ ਅਟੈਚ ਹੁੰਦਾ। ਓਕੇ ਜੀ, ਇਹ ਰੂਮ ਦੇ ਵਿੱਚ ਵੀ ਤੁਹਾਨੂੰ ਜਿਹੜਾ ਵਾ ਇਹਨਾਂ ਨੇ ਬੈੱਡ ਅਟੈਚ ਬਣਾਇਆ ਹੋਇਆ ਵਾ। ਸਾਰੀ ਕੋਠੀ ਦੇ ਵਿੱਚ ਹੀ ਇਹਨਾਂ ਨੇ ਜਿਹੜਾ ਲੱਕੜੀ ਦਾ ਹੈਵੀ ਵਰਕ ਕੀਤਾ ਹੋਇਆ। ਠੀਕ ਹੈ ਜੀ, ਸਾਰੀ ਕੋਠੀ ਦੇਖੀ ਜਾਓ, ਤੁਹਾਨੂੰ ਖੁਦ ਪਤਾ ਲੱਗ ਜਾਵੇਗਾ। ਵਾਲ ਟੈਲ ਲੱਗੀ ਹੈ ਬਾਥਰੂਮ ਦੇ ਵਿੱਚ, ਵਾਲ ਟੈਲ ਦਾ ਕੋਂਬੀਨੇਸ਼ਨ ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣੀ ਕੋਠੀ ਹੈ ਜੀ। ਰੂਹ ਖੁਸ਼ ਹੁੰਦੀ ਆ ਕੋਠੀ ਨੂੰ ਦੇਖ ਕੇ। ਆਹ ਦਿੱਤੀ ਹੋਈ ਹੈ ਜੀ ਇਹਨਾਂ ਨੇ ਸਪੇਸ। ਠੀਕ ਹੈ ਜੀ, ਇਹਨੂੰ ਤੁਸੀਂ ਜਿੱਦਾਂ ਵੀ ਮਰਜ਼ੀ ਯੂਜ਼ ਕਰ ਸਕਦੇ ਹੋ, ਐਜ ਏ ਪੂਜਾ ਰੂਮ ਜਾਂ ਐਜ ਏ ਸਟੋਰ, ਛੋਟੀ ਮੋਟੀ ਚੀਜ਼ ਜੋ ਹੁੰਦੀ ਆ ਆਪਣੀ, ਇੱਥੇ ਤੁਸੀਂ ਕੈਰੀ ਕਰ ਸਕਦੇ ਹੋ। ਅਤੇ ਇਹ ਆ ਗਿਆ ਜੀ ਲੋਬੀ ਏਰੀਆ, ਖੁੱਲ੍ਹਾ ਡੁੱਲਾ ਵਾ, ਬਹੁਤ ਸਪੇਸ ਆ।
ठीक है जी। ओपनिंग ड्रैंग रूम रहने वाला जी, वाश बेसन देख सकते हो तुम सारा ही समान। एक पहला भी मैं तुहानू इस लोकेशन पर ठीक है जी नानकपुरा महला के पहला एक कोठी दिखाई सी, इस लोकेशन पर दिखाई सी। कोठी के भी इन्होंने सारा ही जोड़ा काम जोड़ा समान लग गया से कोठी के प्रीमियम क्वालिटी का लाया गया मालकान को, तो यह भी तुम देख सकते हो वीडियो के सारा ही समान जोड़ा वा प्रीमियम क्वालिटी का लग्या हो ठीक है जी। ये उत्ते जोड़ा सारा जोड़ा कपबोर्ड बने बने हुए हैं ठीक है जी। हाइड्रोलिक सिस्टम आ सारा मॉडलर किचन देख सकते हो, जोड़ा मार्बल जी उपर लग्या हो सेंक जो वाश बेसन सारे लगे हुए हैं। ओपन किचन रहने वाली है भी जी ठीक है जी। नीचे तो यही सी पौड़ियाँ के नीचे भी तुम्हें स्पेस बहुत मिल जाएगी, इतने भी तुम आसानी कैरी कर सकते हो। तो लोकेशन सुन लो हूँ जी ठीक है जी। तो रायकोट शहर के एक कोठी है, रायकोट शहर को जो आप थोड़ा जहा बाहर निकलते हैं नाल ही ला लो मलेरकोटला रोड से विक्की सोप फैक्ट्री दे कोल नानकपुरा महला वा, जिस महल के कोठी है। पहला भी मैं इसे महल के मैं तुम्हें कोठी दिखाई सी, वो 88 गज जगह के बनी हुई सी जी। ये कोठी है ये 125 गज जगह के बनी हुई है, 33x33 है ठीक है जी। तो चौरसा बिल्कुल कोर्नर पर कोठी है, कैमरे लगे हुए। तो हुण चलदे आपां उपर उपर दिखाउंदे आ, लोकेशन मैं तुहानू दस ही दित्ती है, रेट और मालकां दा नंबर भी तुहानू मिलेगा। वीडियो दे विच बने रहो, वीडियो नू प्रोपर देखो ठीक है जी। होर भी बहुत समान है इस कोठी के मैं तुहानू दिखाउण वाला। तो पौड़ियां ते तुहानू लौंग विंडो मिल जाएगी रोशनी ते वेंटीलेशन वास्ते ठीक है जी। तो उपर चलते हैं, रेलिंग जी स्टील का वर्क किया हुआ, स्टेयर पर जी रेलिंग लगी है स्टील की है सारी, वीडियो के देखी चलो। तो उपर आ लॉबी एरिया आ गया, बहुत प्ले आ स्पेस बहुत आ ठीक है जी, खुली डुली है। तो लॉबी के भी तुहानू LED पैनल बनया मिलेगा देख सकते हो। वाश बेसन आ गया लेफ्ट साइड, तो उसके ओपोजिट ही तुहानू LED पैनल मिलेगा। इतने तुम आई मान लो सोफा सैट ला सकते हो, दीवान बैड जिदा भी तुम इतने समान अपना मैनेजमेंट कर सकते हो ठीक है जी। वो तुहाडे ते तुसी किद्दां करना, तो कोठी मालका नूं मैनेजमेंट पूरी की गई है, सारा ही प्रीमियम क्वालिटी का समान लग्या तुसी देख सकते हो। वाश बेसन भी देख सकते हो लग्या हुआ ठीक है जी। तो दो रूम है उपर, दोनों रूमों नाल अटैच बाथरूम मिलने। चलो आप हुण चलते हैं पहले रूम के, ये भी जिहड़े कपबोर्ड बने हुए ने उपर कलर पेंट का कॉम्बीनेशन देख सकते हो तुसी ठीक है जी। लकड़ी का हैवी वर्क आ, पहला ही मैं दस चुकिया इस कोठी के जोड़ा बैड आ, इस कोठी के भी तुम जो रूम के भी बैड तुम अवेलेबल हो जाएगा। तीन रूम तिना रूमों के बैड आ जोड़े अवेलेबल हो जाएंगे विद फर्नीचर। ये जी कोठी सेल की जानी है, रेट बहुत ही जायज रहने वाला ठीक है जी, सारा दिखाऊंगा। तो नाल ये वेंटीलेशन एरिया वा, तो बाथरूम अटैच आ, बाथरूम की कंडीशन तुम देख सकते हो ठीक है जी। एक तुहानू वीडियो दे विच दस रहा, एक बोलना ही हुंदा दसना हुंदा, ते पर तुसी खुद वीडियो दे विच देख सकते हो किदां दा समान इन्होंने लाया होया इस कोठी दे विच। ते ए वीडियो जिहड़ी खुद मैं बना के लैके आया होया इस कोठी दी, क्योंकि मैं देख के आया कोठी बहुत सोहनी है ठीक है जी। ते लोकेशन भी जिहड़ी है बहुत वधिया वा, अगर तुहानू इह कोठी पसंद आ तुसी मालकां नूं फोन लायो ते उत्थे विजिट जरूर करो एक बार, क्योंकि उत्थे जाके जिहड़ी चीज़ देखनी आ उहदी गल होर हुंदी आ। वैसे मैं कोशिश करता हूं वीडियो के सारा कुछ तुहानूं दसण दी ते दिखाउण दी, पर फिर भी कितें ना कितें कोई ना कोई गलती हो जाती है जां नहीं वो प्रोपर इनफॉर्मेशन दित्ती जाती जिहड़ी तुहानूं चाहीदी हुंदी आ। ते पर उत्थे तुसीं विजिट करके जिहड़े इंट्रस्टड वीर ने विजिट कर सकते हैं उन्हां कोले मालकां कोले, ते कोठी नूं अपने अक्खीं उत्थे जाके देख सकते हैं ठीक है जी। आ गया जी दूजा रूम, इहदे विच भी जिहड़े कपबोर्ड बने हुए ने सारा ही वधिया, जाने कि लकड़ी का बहुत कम किया हुआ जी। आई खुद ही देख सकते हो, जो मान लो आप अजक लाइए तो लकड़ी जाने की बहुत महंगी है ठीक है जी, फर्नीचर बहुत महंगा वा। तो इन्होंने जाने की मालकान ने सारे ही रूमों के अपन सुविधावान मुहैया कराई हुई ने विद फर्नीचर जी कोठी सेल करनी है। ये आ गया जी बाथरूम अटैच है, वॉलटैल का कॉम्बीनेशन देख सकते हो, तीन बाथरूम आ, तिना बाथरूमों के जोड़ा टैलों का कॉम्बीनेशन वॉलटैल लगी हुई है सारा, तिन्ह बाथरूमों के अलग अलग तुम्हें कॉम्बीनेशन देखने मिलेगा ठीक है जी। तो ये हो गया जी सैकंड रूम, तो आप लॉबी एरिया भी दिखाता। LED पैनल मैं तुम्हें दसिया, तिना रूमों के LED पैनल मिलने, एक लॉबी के LED पैनल मिलेगा उपर ठीक है जी। नीचे ड्रैंग रूम के जोड़ा हैवी सोफा सैट लग्या हुआ वह भी तुम्हें मैं दिखाई दिता वीडियो के। आ गया जी उपर बालकोनी एरिया देख सकते हो, नीचे फ्लोर टाइल लगी हुई है, कॉम्बीनेशन देख सकते हो ठीक है जी। आस पास जोड़ा है वधिया माहौल है कोठियाँ, मैं तुम जी एक होर गल मैं तुम दस दिना, पहला वाली वीडियो मैं दसिया नहीं, ये सारी जाने की जी है कलोनी है ठीक है जी। सारी कलोनी के कैमरे लगे, CCTV कैमरे लगे हुए हैं
सारी कलोनी दे सामने कोठी देख सकते हो अनकंप्लीट आ, यह भी सेल करनी आ। जेकर किसी वीर नूं चाहीदी हुई 5 बैसवे दे विच बणी हुई आ, 4.5 खणी 5 बैसवे दे विच आ, इहदी वीडियो आपां बनाउणी आ हले। तो जेकर चाहीदी हुई आ कमेंट बॉक्स दे विच मैनशन कर दिओ, आपां बना देंगे वीडियो, ठीक है जी। इहदी 5 क बैसवे दे विच तैयार आ। तो इस महल दे विच आ देख लो, राह देख सकते हो 22 फुट दे 2 राह वा, बैक साइड भी राह वा जी। यह सीगी जी अज की अपने कोले कोठी जो कि 125 गज के बनी हुई है, 33x33 चौरस कोठी आ, कॉर्नर से कोठी है। CCTV कैमरे कल्ली ये कोठी तो नहीं जी, सारे जाने कि जिन्ना हैगा ये सारी कलोनी के कैमरे लगे हुए हैं, ठीक है जी। और नीचे एक रूम है, एक रूम के नाल अटैच बाथरूम है, लॉबी है, ड्रैइंग रूम है, किचन है, उपर 2 रूम है, अटैच बाथरूम है, LED पैनल तुहानू 3 रूमों के नाल अटैच मिलने, ठीक है जी। विद फर्नीचर तुहानू सेल कर दिती जानी है। डिमांड सुन लो, मालकों जो डिमांड की गई है 40 लाख रुपया जो मालकों ने इस कोठी का मंगया, 125 गज जगह के बनी है, 33x33 है, 40 लाख रुपया मालकों ने डिमांड की है। तो बाकी घबरायो ना, कोई गल नहीं, तो जो मंगते हैं वह दिता नहीं जाता, पहले तुहानू तुसीं भी सियाणे हो पता वा, ठीक है जी। रेट की एडजस्टमेंट होजू मालक वालों, ये गल कही गई है। तो जेकर वीर कोई इंट्रस्टड आ ये कोठी में लैण दे लई तां ओ मालकां दे कोल विजिट कर सकदा, उन्हां नूं कॉल ला सकदा, अते रेट की गल बह के हो जाएगी, घट वध हो जाएगा, ठीक है जी। जेकर तुहानू ये कोठी पसंद आ जरूर एक बार उन्हां नूं कॉल लायो, ठीक है जी, विजिट करो उत्थे, तां ये कोठी तुसीं खरीद सकदे हो। एक होर है जी गल तुहानूं दस दईए, अगर तुसीं इस कोठी ते लोन करवाउणा चाहुंदे हो तां ये कोठी दे सारे ही कागज़ कंप्लीट आ, लोन करा सकदे हो तुसीं, ठीक है जी। तो मिलते हैं जी फिर नैक्सट वीडियो दे विच, लैके आउंदे कोई होर तुहाडे लई नवीं कोठी। तो इस जगह पर प्लाट जेकर दी लोड़ है, ठीक है जी, प्लाट खरीदना चाहुंदे हो तां सानूं कमेंट बॉक्स दे विच मैनशन कर सकदे हो, आपां उहदी वीडियो भी तुहाडे अगे लैके आ जाएंगे। तो मिलते हैं जी फिर नैक्सट वीडियो दे विच, तो लैके आने कोई होर तुहाडे लई कोठी। अगर तुसीं चैनल पर पहली बार हो चैनल नूं सबसक्राइब कर लियो जी, तो लाइक अते कमेंट जरूर कर दिया करो, ठीक है जी। मिलते हैं फिर नैक्सट वीडियो दे विच, ओके बाय।